ਕਿਸਾਨ ਅੰਦੋਲਨ ਦੇ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ। ਖਨੌਰੀ ਬਾਰਡਰ ਤੇ ਹੋਈ ਸੀ ਤਬੀਅਤ ਖਰਾਬ, ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਹੋ ਗਈ ਮੌਤ। 13 ਫਰਵਰੀ ਤੋਂ ਹੀ ਸੀ ਕਿਸਾਨੀ ਅੰਦੋਲਨ ਦੇ ਨਾਲ। ਹਰਿਆਣਾ ਪੁਲਿਸ ਵੱਲੋਂ ਛੱਡੇ ਗਏ ਸੀ ਅਥਰੂ ਗੈਸ ਦੇ ਗੋਲੇ। ਹੁਣ ਤੱਕ 4 ਕਿਸਾਨਾਂ ਦੀ ਹੋ ਚੁੱਕੀ ਮੌਤ। ਤਾਂ ਦੱਸ ਦੇ ਕਿ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਇੱਕ ਹੋਰ ਕਿਸਾਨ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬੀਤੀ ਰਾਤ ਬਲਦੇਵ ਸਿੰਘ ਦੀ ਤਬੀਅਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਂਦਾ ਗਿਆ ਤੇ ਫਿਰ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਹੈ, ਪਰ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਮ੍ਰਿਤਕ ਕਿਸਾਨ ਬਲਦੇਵ ਸਿੰਘ ਪਿੰਡ ਕਕਥਲਾ ਦੇ ਰਹਿਣ ਵਾਲੇ ਸੀ, ਜੋ ਕਿ 13 ਫਰਵਰੀ ਤੋਂ ਹੀ ਕਿਸਾਨੀ ਅੰਦੋਲਨ ਤੇ ਬੈਠੇ ਸੀ ਤੇ ਬੀਤੀ ਰਾਤ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ, ਜਿਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਪਟਿਆਲੇ ਜਾ ਕੇ ਅੱਧੀ ਰਾਤ ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਕਿਸਾਨ ਦੇ ਬੇਟੇ ਹਰਜਨ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੇ ਕੋਲ 3 ਏਕੜ ਜ਼ਮੀਨ ਹੈ ਤੇ ਉਸਦੀਆਂ 3 ਭੈਣਾਂ ਤੇ ਇੱਕ ਇਕਲੌਤਾ ਮੁੰਡਾ ਹੈ ਤੇ ਪਿਤਾ ਲਗਾਤਾਰ MSP ਦੇ ਮੁੱਦੇ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਸੀ ਤੇ ਜਦ 21 ਤਰੀਕ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ ਤਾਂ ਉਹਨਾਂ ਦੇ ਨਾਲ ਕਿਸਾਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ 4 ਕਿਸਾਨ ਇੱਥੇ ਹੁਣ ਤੱਕ ਮਰ ਚੁੱਕੇ ਨੇ ਤਾਂ ਕਈ ਕਿਸਾਨ ਫੱਟੜ ਵੀ ਹੋ ਚੁੱਕੇ ਨੇ ਜਿਹੜੇ ਕਿ ਜੇਰੇ ਇਲਾਜ ਦੱਸੇ ਜਾ ਰਹੇ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਮੰਨੇ ਅਤੇ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਹੋਰ ਵੀ ਕਿਸੇ ਕਿਸਾਨ ਦੀ ਜ਼ਿੰਦਗੀ ਇਸ ਤਰ੍ਹਾਂ ਨਾ ਜਾ ਸਕੇ। ਤਾਂ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸਾਨ ਬਲਦੇਵ ਸਿੰਘ ਲਗਾਤਾਰ ਧਰਨੇ ਤੇ ਜਾ ਰਹੇ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋ ਗਈ ਤੇ ਉਹਨਾਂ ਨੂੰ ਪਟਿਆਲਾ ਭੇਜਿਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਫਰਵਰੀ ਦੇ ਵਿੱਚ ਜਦੋਂ ਤੋਂ ਕਿਸਾਨ ਬੈਠੇ ਨੇ ਦਿੱਲੀ ਦੇ ਬਾਰਡਰ ਤੇ ਤੇ ਦਾਤਾ ਸਿੰਘ ਵਾਲੇ ਬਾਰਡਰ ਤੇ ਬੈਠੇ ਨੇ ਜੀ, ਉਦੋਂ ਤੋਂ ਜਾ ਰਹੇ ਸਨ ਮੇਰੇ ਫਾਦਰ ਸਾਹਿਬ ਧਰਨੇ ਦੇ ਵਿੱਚ। ਹਾਂਜੀ, ਉਦੋਂ ਤੋਂ ਹੀ ਮੰਗਾਂ ਲੈ ਕੇ ਜਾ ਰਹੇ ਸਨ ਆਪਣੇ ਨਾਲ ਜਥੇਬੰਦੀਆਂ ਜੋ ਵੀ ਸਨ। ਤੇ ਕੀ ਹੋਇਆ ਹੁਣ ਜਿਹੜੀ ਘਟਨਾ ਹੋਈ ਹੈ ਉਹਨਾਂ ਦੀ, ਜਿਹੜੀ ਸ਼ਹੀਦੀ ਪਾਈ ਹੈ ਉਹਨਾਂ ਨੇ? ਉੱਥੋਂ ਜਿਹੜੀ ਪੁਲਿਸ ਦੀ ਕਾਰਵਾਈ ਚੱਲਦੀ ਸੀ ਜੀ ਪਹਿਲਾਂ, ਉੱਥੇ ਜੋ ਆਸੂ ਗੈਸ ਦੇ ਗੋਲੇ ਸੁੱਟੇ ਸਨ ਉਹਨਾਂ ਨੇ, ਜੋ ਗੈਸ ਬਣੀਆਂ ਸਨ ਉਹਦੇ ਨਾਲ ਪਰੇਸ਼ਾਨੀ ਹੋਈ ਇਹਨਾਂ ਨੂੰ, ਜਕੜਨ ਹੋਈ ਹੈ ਛਾਤੀ ਦੇ ਵਿੱਚ, ਕਾਫੀ ਜਿਹਦੇ ਤੋਂ ਜਾ ਰਹੇ ਸਨ, ਪ੍ਰੋਬਲਮ ਥੋੜ੍ਹੀ ਹੈਗੀ ਸੀ ਪਰ ਜਾਂਦੇ ਪਏ ਸਨ। 10 ਤਰੀਕ ਦੀ ਰਾਤ ਨੂੰ ਜਦੋਂ ਸਵੇਰੇ ਆਏ ਨੇ ਧਰਨੇ ਤੋਂ ਤੇ ਜ਼ਿਆਦਾ ਬੇਚੈਨੀ ਹੋਈ ਇਹਨਾਂ ਨੂੰ ਤੇ ਨਹਾ ਰਹੇ ਸਨ ਬਾਥਰੂਮ ਦੇ ਵਿੱਚ, ਨਹਾ ਕੇ ਦੁਬਾਰਾ ਫਿਰ ਧਰਨੇ 'ਚ ਹੀ ਜਾਣਾ ਸੀਗਾ ਤੇ ਬੇਹੋਸ਼ ਹੋ ਕੇ ਡਿੱਗ ਗਏ ਨੇ ਬਾਥਰੂਮ ਦੇ ਵਿੱਚ ਹੀ। ਅਸੀਂ ਕੋਲ ਸੀਗੇ, ਅਸੀਂ ਚੁੱਕਿਆ ਜਾ ਕੇ ਤੇ ਥੋੜ੍ਹੇ ਜਿਹੇ ਠਹਿਗੇ ਸਨ ਸਾਹ, ਪਰ ਸਾਹ ਓਕੇ ਚੱਲ ਰਿਹਾ ਸੀ ਤਾਂ ਅਸੀਂ ਨਾਲ ਦੀ ਨਾਲ ਹੀ ਹੋਸਪਿਟਲ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਲਿਆ ਗਿਆ ਗਏ ਜੀ ਤੇ ਇੱਥੇ ਥੋੜ੍ਹਾ ਚਿਰ ਇਲਾਜ ਚੱਲਿਆ ਐਮਰਜੈਂਸੀ ਦੇ ਵਿੱਚ ਤੇ ਸਵੇਰ ਦੇ 2:30 ਵਜੇ 11 ਤਰੀਕ ਨੂੰ ਪੂਰੀ ਹੋ ਗਏ। ਜ਼ਮੀਨ ਕਿੰਨੀ ਕਿ ਸੀ? ਕਿੰਨੀ ਥੋੜੀ? 3 ਕਿੱਲੇ ਜ਼ਮੀਨ ਹੈ ਜੀ ਆਪਣੇ ਪਾਸ, ਮਾਰ ਦੇ ਵਿੱਚ, ਡੋਬੀ ਦੀ ਮਾਰ 'ਚ ਪੈਲੀ ਸਾਰੀ। ਮਲ ਹੜਾਂ ਦੀ ਮਾਰ? ਹਾਂਜੀ ਹਾਂ, ਹੜ ਦੀ ਮਾਰ 'ਚ ਪੈਲੀ ਸਾਰੀ। ਬੱਚੇ ਕਿੰਨੇ ਵਿੱਚ? ਮੈਂ ਬੇਟਾ ਇਕੱਲਾ ਹੀ, 3 ਮੇਰੀਆਂ ਭੈਣਾਂ ਨੇ ਜੀ। ਹਾਂਜੀ, ਕੀ ਮੰਗ ਹੈ ਸਰਕਾਰ ਤੋਂ, ਕਿਸ ਤਰ੍ਹਾਂ ਹੋਣੀ ਹੈ? ਮੰਗ ਇਹੀ ਹੈ ਜੀ, ਕਿਸਾਨਾਂ ਦੀ ਸੁਣਵਾਈ ਹੋਵੇ, ਗੂੰਗੀ ਬੋਲੀ ਸਰਕਾਰ ਤੱਕ ਸਾਡੀ ਪਹੁੰਚ ਹੋਵੇ, ਸਾਡੀ ਆਵਾਜ਼ ਸੁਣੇ, ਜਿਸ ਲਈ ਅਸੀਂ ਬੈਠੇ ਹਾਂ, ਸਾਡੇ ਨੌਜਵਾਨ ਧੀਆਂ ਪੁੱਤ, ਸਾਡੇ ਬਜ਼ੁਰਗ ਬਾਪੂ ਸਾਡੇ 'ਚ ਨਾ ਜਾਣ, ਸਾਡੀ ਗੱਲ ਸੁਣਵਾਈ ਹੋਵੇ। ਜੀ ਆਪ ਜੀ ਦਾ? ਮੇਰਾ ਨਾਮ ਅਜੀਤ ਸਿੰਘ ਹੈ ਜੀ। ਅਜੀਤ ਸਿੰਘ ਜੀ, ਬਲਦੇਵ ਸਿੰਘ ਤੁਹਾਡੇ ਕੀ ਲੱਗਦੇ ਸੀ? ਇਹ ਭਾਈ ਲੱਗਦੇ ਸੀ ਜੀ, ਸ਼ਰੀਕੇ ਵਿੱਚੋਂ। ਕੀ ਹਾਲਾਤ ਹੈ ਕਰਦੇ ਜਿਹੜੇ ਧਰਨੇ ਪੇ ਕਿਸਾਨ ਬੈਠੇ ਆ? ਇਹਨਾਂ ਦੇ ਹਾਲਾਤ ਇਸ ਤਰ੍ਹਾਂ ਸੀਗੇ, ਜੋ ਮਤਲਬ ਕਿਸਾਨਾਂ ਦੇ ਵਿੱਚ ਅੱਜ ਤੋਂ ਅਸੀਂ 2 ਸਾਲ ਦੀ ਪਹਿਲਾਂ ਦੀ ਇਕਾਈ ਬਣਾਈ ਹੋਈ ਹੈ ਤੇ ਇਹ ਹੁਣ ਲਗਾਤਾਰ 13 ਤਰੀਕ ਤੋਂ ਨਾ ਮੇਰੇ ਨਾਲ ਹੀ ਮੇਰੇ ਨਾਲ ਹੀ ਜਥੇਬੰਦੀ ਕਿਹੜੀ ਤੁਹਾਡੀ? ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜੀ। ਤੇ ਲਗਾਤਾਰ ਧਰਨੇ ਤੇ ਅਸੀਂ ਲਗਾਤਾਰ ਧਰਨੇ ਤੇ ਜਾ ਰਹੇ, ਸਾਡੇ ਨਾਲ ਹੀ ਮੇਰੇ ਨਾਲ ਹੀ ਜਾਂਦੇ ਹੁੰਦੇ ਹਨ ਤੇ ਮੈਂ ਬਲਾਕ ਮਤਲਬ ਜਨਰਲ ਸਕੱਤਰ ਜੀ, ਮੈਂ ਪਾਤਰਾ। ਤੇ ਬਲਦੇਵ ਸਿੰਘ ਜੀ ਨੂੰ ਕੀ ਹੋਇਆ? ਤੇ ਬਲਦੇਵ ਸਿੰਘ ਨੂੰ ਉਦੋਂ ਨਾਲ ਜਾਂਦੇ ਹਨ ਤੇ ਇਹਨਾਂ ਨੂੰ ਮਤਲਬ ਜਦੋਂ ਪਹਿਲੇ ਦਿਨ 13 ਤਰੀਕ ਨੂੰ ਗਏ ਨੇ, ਉਦਣ ਵੀ ਗਏ ਨੇ, 14 ਤਰੀਕ ਨੂੰ ਵੀ ਗਏ ਨੇ ਤੇ ਇਹ ਜਦੋਂ ਅਥਰੂ ਗੈਸ ਦੇ ਧੂਵੇਂ ਮਤਲਬ ਚੱਲਦੇ ਹਨ
ਅਤੇ ਉਹਨਾਂ ਧੂੰਆਂ ਚੜਿਆ, ਧੂੰਏ ਦੇ ਨਾਲ ਇਹਨਾਂ ਨੂੰ ਹੌਲੀ ਹੌਲੀ ਪ੍ਰੋਬਲਮ ਹੁੰਦੀ ਹੁੰਦੀ, ਮਤਲਬ ਇਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਗਿਆ। ਸਾਹ ਚੜ੍ਹਦੇ ਹੌਲੀ ਹੌਲੀ ਇਹਨਾਂ ਦੀ ਹੁਣ ਮੌਤ ਜਿਹੜੀ ਹੈ 10 ਤਰੀਕ ਨੂੰ ਅਸੀਂ ਲੈ ਕੇ ਗਏ ਹਾਂ। ਕਿੰਨੇ ਕਿਸਾਨ ਹੁਣ ਤੱਕ ਅਤੇ 11 ਮੌਤ ਹੋ ਗਈ, ਕਿੰਨੇ ਕਿਸਾਨ ਸ਼ਹੀਦ ਹੋ ਗਏ ਬੋਰਡਰ 'ਤੇ? ਉੱਥੇ ਹੁਣ ਤੱਕ ਜੀ 3 ਕਿਸਾਨ ਸ਼ਹੀਦ ਹੋ ਗਏ ਨੇ, ਬਾਕੀ 15-20 ਫੱਟੜ ਹੋ ਗਏ ਨੇ, ਅਤੇ ਵੈਸੇ 3 ਤੋਂ 4 ਵੀ ਹੋ ਸਕਦੇ ਨੇ, ਅਤੇ ਬਾਕੀ ਫੱਟੜ ਬਹੁਤ ਹੋਏ ਨੇ ਜੀ, ਅਤੇ ਫੱਟਣ ਦੇ ਕਰਕੇ ਇਹਨਾਂ ਨੂੰ ਮਤਲਬ ਇਲਾਜ ਉਹਨਾਂ ਦੇ ਵੀ ਚੱਲ ਰਹੇ। ਮਦਦ ਦੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ? ਅਸੀਂ ਸਰਕਾਰਾਂ ਤੋਂ ਮਦਦ ਕੀ ਕਰਨੀ ਹੈ ਜੀ, ਸਾਨੂੰ ਮਦਦ, ਅਸੀਂ ਤਾਂ ਕਹਿੰਦੇ ਹਾਂ ਸੁੱਖ ਸਾਂਦੀ ਹੋਵੇ ਸਾਨੂੰ, ਤਾਂ ਅਸੀਂ ਤਾਂ ਆਪਣੇ ਮਤਲਬ ਜੋ ਰੁਜ਼ਗਾਰ ਨੇ ਅਸੀਂ ਉਹਨਾਂ 'ਤੇ ਖੁਸ਼ ਹਾਂ, ਅਸੀਂ ਮੰਗਾਂ ਨਾਲ ਤੋਂ ਕੀ ਕਰਨੀਆਂ ਨੇ, ਬਾਕੀ ਜੋ ਸਰਕਾਰ ਦੀ ਮਤਲਬ ਹੈਗੀ ਜੋ ਵੀ ਕੁਛ ਹੈਗਾ ਸਰਕਾਰ ਦਿੰਦੀ ਲੈਂਦੀ ਹੈ ਉਹਦੀ ਅਸੀਂ ਮੰਗ ਕਰਦੇ ਹਾਂ, ਹੋਰ ਸਾਡਾ ਸਰਕਾਰ ਤੋਂ ਹੁਣ ਕੀ ਲਾਏਗਾ, ਸਾਡਾ ਬੰਦਾ ਤਾਂ ਚਲੇ ਗਿਆ। ਅਸੀਂ ਤਾਂ ਇਹਨਾਂ ਦਾ ਮਤਲਬ ਇਸ ਚੀਜ਼ 'ਤੇ ਖੁਸ਼ ਹਾਂ ਵੀ ਸਾਡੀਆਂ ਸਰਕਾਰ ਮੰਨਾਂ ਮੰਗਾਂ, ਅਤੇ ਅਸੀਂ ਕਿਤੇ ਵੀ ਨਾ ਸਾਨੂੰ ਧਰਨੇ ਲਾਉਣੇ ਪੈਣ, ਅਸੀਂ ਸਰਕਾਰ ਨਾਲ ਖੁਸ਼ ਰਹੀ, ਸਰਕਾਰ ਸਾਡੇ ਨਾਲ ਖੁਸ਼ ਰਹੇ। ਠੀਕ, ਇੱਕ ਸੈਕਿੰਡ। ਹਾਂ ਗੁਰਮੀਤ, ਜਿਹੜੇ ਕਿਸਾਨ ਬੈਠਾ ਸੀ ਬੋਰਡਰ 'ਤੇ, ਕੀ ਨਾਮ ਹੈ, ਕੀ ਉਹਨਾਂ ਕੀ ਹੋਇਆ ਦੱਸੋ? ਉਹ ਬਲਦੇਵ ਸਿੰਘ ਹੈ, ਪੁੱਤਰ ਬਖਸ਼ੀਸ਼ ਸਿੰਘ, ਇਹ ਧਰਨੇ 'ਤੇ ਬੈਠੇ ਸੀ 13 ਤਰੀਕ ਤੋਂ ਹੀ ਜੀ, ਜਿੱਦਾਂ ਧਰਨਾ ਚੱਲ ਰਿਹਾ ਉੱਥੇ, ਅਤੇ ਅਚਾਨਕ ਇਹਨਾਂ ਦੀ ਤਬੀਅਤ ਖਰਾਬ ਹੋ ਗਈ, ਇਹਨੂੰ ਕੱਲ੍ਹ ਦਾਖਲ ਕਰਾਤਾ ਸੀ ਰਜਿੰਦਰਾ ਹੋਸਪਿਟਲ ਜੀ, ਅਤੇ ਅੱਜ ਇਹਨਾਂ ਦੀ ਸਵੇਰੇ 4 ਵਜੇ ਸਾਨੂੰ ਦੁਬਾਰਾ ਆਈ ਸੀ ਕੁਐਸ ਟੀਵੀ, ਇਹਦੀ ਡੈਥ ਹੋ ਗਈ ਇਹਨਾਂ ਦੀ। ਅਤੇ ਹੁਣ ਆਪਣੇ ਵੱਲੋਂ ਕੀ ਕਰ ਰਹੇ ਹੋ? 174 ਦੀ ਕਾਰਵਾਈ ਕਰ ਰਹੇ ਹਾਂ ਜੀ ਇਹਨਾਂ ਵੱਲੋਂ ਜੀ। ਪੋਸਟਮਾਰਟਮ ਕਰਾ ਰਹੇ ਹੋ? ਹਾਂਜੀ, ਪੋਸਟਮਾਰਟਮ ਕਰਾ ਰਹੇ ਜਿੰਦਰਾ ਜੀ।